ਸਰ ਨੇੜੇ ਆ ਰਿਹਾ ਹੈਗਾ, ਪੁੱਛ ਲਓ ਨਾਕੇਬੰਦੀ ਕੀਤੀ ਗਈ ਹੈ, ਕੀ ਕਹਿਣਾ ਸਰ? ਸ਼ਹਿਰ ਵਾਸੀਆਂ ਨੂੰ ਦੇਖਦੇ ਹੋਏ ਸਾਰੇ ਕਿ ਅਮਨ ਸ਼ਾਂਤੀ ਨਾਲ ਦੀਵਾਲੀ ਮਨਾਉਣ, ਇਸ ਲਈ ਜਿਹੜਾ ਨਾਕੇਬੰਦੀ ਕੀਤੀ ਤਾਂ ਕਿ ਕੋਈ ਗਲਤ ਆਸ਼ਾ ਕੋਈ ਵਿਸ਼ਰਾਪ ਨਾ ਕਰੇ। ਕਿੰਨੇ ਕੁ ਚਲਾਨ ਕਰਤੇ ਸਰ? ਚਲਾਨ 10 ਕਰਤੇ ਜੀ, ਰੈਗੂਲਰ ਚਲਾਨ, ਜਿਹਨਾਂ ਦੇ ਵਿਦਆਊਟ ਨੰਬਰ ਦੇ ਜ਼ਿਆਦਾ ਚਲਾਨ ਕੀਤੇ ਜਾਂਦੇ ਆ। ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ? ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ, ਦੀਵਾਲੀ ਧੂਮਧਾਮ ਨਾਲ ਮਨਾਓ, ਵੀ ਕੋਈ ਵੀ ਗਲਤ ਤੁਹਾਨੂੰ ਖਬਰ ਮਿਲਦੀ ਹੈ ਸਾਨੂੰ ਨਾਲ ਦੱਸੀ ਜਾਵੇ ਤਾਂ ਕਿ ਦੀਵਾਲੀ ਠੀਕ ਢੰਗ ਨਾਲ ਮਨਾਈ ਜਾਵੇ। ਸਰ ਨੇੜੇ ਆ ਰਿਹਾ ਹੈਗਾ, ਪੁੱਛ ਲਓ ਨਾਕੇਬੰਦੀ ਕੀਤੀ ਗਈ ਹੈ, ਕੀ ਕਹਿਣਾ ਸਰ? ਸ਼ਹਿਰ ਵਾਸੀਆਂ ਨੂੰ ਦੇਖਦੇ ਹੋਏ ਸਾਰੇ ਕਿ ਅਮਨ ਸ਼ਾਂਤੀ ਨਾਲ ਦੀਵਾਲੀ ਮਨਾਉਣ, ਇਸ ਲਈ ਜਿਹੜਾ ਨਾਕੇਬੰਦੀ ਕੀਤੀ ਤਾਂ ਕਿ ਕੋਈ ਗਲਤ ਆਸ਼ਾ ਕੋਈ ਵਿਸ਼ਰਾਪ ਨਾ ਕਰੇ। ਕਿੰਨੇ ਕੁ ਚਲਾਨ ਕਰਤੇ ਸਰ? ਚਲਾਨ 10 ਕਰਤੇ ਜੀ, ਰੈਗੂਲਰ ਚਲਾਨ, ਜਿਹਨਾਂ ਦੇ ਵਿਦਆਊਟ ਨੰਬਰ ਦੇ ਜ਼ਿਆਦਾ ਚਲਾਨ ਕੀਤੇ ਜਾਂਦੇ ਆ। ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ? ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ, ਦੀਵਾਲੀ ਧੂਮਧਾਮ ਨਾਲ ਮਨਾਓ, ਵੀ ਕੋਈ ਵੀ ਗਲਤ ਤੁਹਾਨੂੰ ਖਬਰ ਮਿਲਦੀ ਹੈ ਸਾਨੂੰ ਨਾਲ ਦੱਸੀ ਜਾਵੇ ਤਾਂ ਕਿ ਦੀਵਾਲੀ ਠੀਕ ਢੰਗ ਨਾਲ ਮਨਾਈ ਜਾਵੇ। ਸਰ ਨੇੜੇ ਆ ਰਿਹਾ ਹੈਗਾ, ਪੁੱਛ ਲਓ ਨਾਕੇਬੰਦੀ ਕੀਤੀ ਗਈ ਹੈ, ਕੀ ਕਹਿਣਾ ਸਰ? ਸ਼ਹਿਰ ਵਾਸੀਆਂ ਨੂੰ ਦੇਖਦੇ ਹੋਏ ਸਾਰੇ ਕਿ ਅਮਨ ਸ਼ਾਂਤੀ ਨਾਲ ਦੀਵਾਲੀ ਮਨਾਉਣ, ਇਸ ਲਈ ਜਿਹੜਾ ਨਾਕੇਬੰਦੀ ਕੀਤੀ ਤਾਂ ਕਿ ਕੋਈ ਗਲਤ ਆਸ਼ਾ ਕੋਈ ਵਿਸ਼ਰਾਪ ਨਾ ਕਰੇ। ਕਿੰਨੇ ਕੁ ਚਲਾਨ ਕਰਤੇ ਸਰ? ਚਲਾਨ 10 ਕਰਤੇ ਜੀ, ਰੈਗੂਲਰ ਚਲਾਨ, ਜਿਹਨਾਂ ਦੇ ਵਿਦਆਊਟ ਨੰਬਰ ਦੇ ਜ਼ਿਆਦਾ ਚਲਾਨ ਕੀਤੇ ਜਾਂਦੇ ਆ। ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ? ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ, ਦੀਵਾਲੀ ਧੂਮਧਾਮ ਨਾਲ ਮਨਾਓ, ਵੀ ਕੋਈ ਵੀ ਗਲਤ ਤੁਹਾਨੂੰ ਖਬਰ ਮਿਲਦੀ ਹੈ ਸਾਨੂੰ ਨਾਲ ਦੱਸੀ ਜਾਵੇ ਤਾਂ ਕਿ ਦੀਵਾਲੀ ਠੀਕ ਢੰਗ ਨਾਲ ਮਨਾਈ ਜਾਵੇ। ਸਰ ਨੇੜੇ ਆ ਰਿਹਾ ਹੈਗਾ, ਪੁੱਛ ਲਓ ਨਾਕੇਬੰਦੀ ਕੀਤੀ ਗਈ ਹੈ, ਕੀ ਕਹਿਣਾ ਸਰ? ਸ਼ਹਿਰ ਵਾਸੀਆਂ ਨੂੰ ਦੇਖਦੇ ਹੋਏ ਸਾਰੇ ਕਿ ਅਮਨ ਸ਼ਾਂਤੀ ਨਾਲ ਦੀਵਾਲੀ ਮਨਾਉਣ, ਇਸ ਲਈ ਜਿਹੜਾ ਨਾਕੇਬੰਦੀ ਕੀਤੀ ਤਾਂ ਕਿ ਕੋਈ ਗਲਤ ਆਸ਼ਾ ਕੋਈ ਵਿਸ਼ਰਾਪ ਨਾ ਕਰੇ। ਕਿੰਨੇ ਕੁ ਚਲਾਨ ਕਰਤੇ ਸਰ? ਚਲਾਨ 10 ਕਰਤੇ ਜੀ, ਰੈਗੂਲਰ ਚਲਾਨ, ਜਿਹਨਾਂ ਦੇ ਵਿਦਆਊਟ ਨੰਬਰ ਦੇ ਜ਼ਿਆਦਾ ਚਲਾਨ ਕੀਤੇ ਜਾਂਦੇ ਆ। ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ? ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ, ਦੀਵਾਲੀ ਧੂਮਧਾਮ ਨਾਲ ਮਨਾਓ, ਵੀ ਕੋਈ ਵੀ ਗਲਤ ਤੁਹਾਨੂੰ ਖਬਰ ਮਿਲਦੀ ਹੈ ਸਾਨੂੰ ਨਾਲ ਦੱਸੀ ਜਾਵੇ ਤਾਂ ਕਿ ਦੀਵਾਲੀ ਠੀਕ ਢੰਗ ਨਾਲ ਮਨਾਈ ਜਾਵੇ। ਸਰ ਨੇੜੇ ਆ ਰਿਹਾ ਹੈਗਾ, ਪੁੱਛ ਲਓ ਨਾਕੇਬੰਦੀ ਕੀਤੀ ਗਈ ਹੈ, ਕੀ ਕਹਿਣਾ ਸਰ? ਸ਼ਹਿਰ ਵਾਸੀਆਂ ਨੂੰ ਦੇਖਦੇ ਹੋਏ ਸਾਰੇ ਕਿ ਅਮਨ ਸ਼ਾਂਤੀ ਨਾਲ ਦੀਵਾਲੀ ਮਨਾਉਣ, ਇਸ ਲਈ ਜਿਹੜਾ ਨਾਕੇਬੰਦੀ ਕੀਤੀ ਤਾਂ ਕਿ ਕੋਈ ਗਲਤ ਆਸ਼ਾ ਕੋਈ ਵਿਸ਼ਰਾਪ ਨਾ ਕਰੇ। ਕਿੰਨੇ ਕੁ ਚਲਾਨ ਕਰਤੇ ਸਰ? ਚਲਾਨ 10 ਕਰਤੇ ਜੀ, ਰੈਗੂਲਰ ਚਲਾਨ, ਜਿਹਨਾਂ ਦੇ ਵਿਦਆਊਟ ਨੰਬਰ ਦੇ ਜ਼ਿਆਦਾ ਚਲਾਨ ਕੀਤੇ ਜਾਂਦੇ ਆ। ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ? ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ, ਦੀਵਾਲੀ ਧੂਮਧਾਮ ਨਾਲ ਮਨਾਓ, ਵੀ ਕੋਈ ਵੀ ਗਲਤ ਤੁਹਾਨੂੰ ਖਬਰ ਮਿਲਦੀ ਹੈ ਸਾਨੂੰ ਨਾਲ ਦੱਸੀ ਜਾਵੇ ਤਾਂ ਕਿ ਦੀਵਾਲੀ ਠੀਕ ਢੰਗ ਨਾਲ ਮਨਾਈ ਜਾਵੇ। ਸਰ ਨੇੜੇ ਆ ਰਿਹਾ ਹੈਗਾ, ਪੁੱਛ ਲਓ ਨਾਕੇਬੰਦੀ ਕੀਤੀ ਗਈ ਹੈ, ਕੀ ਕਹਿਣਾ ਸਰ? ਸ਼ਹਿਰ ਵਾਸੀਆਂ ਨੂੰ ਦੇਖਦੇ ਹੋਏ ਸਾਰੇ ਕਿ ਅਮਨ ਸ਼ਾਂਤੀ ਨਾਲ ਦੀਵਾਲੀ ਮਨਾਉਣ, ਇਸ ਲਈ ਜਿਹੜਾ ਨਾਕੇਬੰਦੀ ਕੀਤੀ ਤਾਂ ਕਿ ਕੋਈ ਗਲਤ ਆਸ਼ਾ ਕੋਈ ਵਿਸ਼ਰਾਪ ਨਾ ਕਰੇ। ਕਿੰਨੇ ਕੁ ਚਲਾਨ ਕਰਤੇ ਸਰ? ਚਲਾਨ 10 ਕਰਤੇ ਜੀ, ਰੈਗੂਲਰ ਚਲਾਨ, ਜਿਹਨਾਂ ਦੇ ਵਿਦਆਊਟ ਨੰਬਰ ਦੇ ਜ਼ਿਆਦਾ ਚਲਾਨ ਕੀਤੇ ਜਾਂਦੇ ਆ। ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ? ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ, ਦੀਵਾਲੀ ਧੂਮਧਾਮ ਨਾਲ ਮਨਾਓ, ਵੀ ਕੋਈ ਵੀ ਗਲਤ ਤੁਹਾਨੂੰ ਖਬਰ ਮਿਲਦੀ ਹੈ ਸਾਨੂੰ ਨਾਲ ਦੱਸੀ ਜਾਵੇ ਤਾਂ ਕਿ ਦੀਵਾਲੀ ਠੀਕ ਢੰਗ ਨਾਲ ਮਨਾਈ ਜਾਵੇ। ਸਰ ਨੇੜੇ ਆ ਰਿਹਾ ਹੈਗਾ, ਪੁੱਛ ਲਓ ਨਾਕੇਬੰਦੀ ਕੀਤੀ ਗਈ ਹੈ, ਕੀ ਕਹਿਣਾ ਸਰ? ਸ਼ਹਿਰ ਵਾਸੀਆਂ ਨੂੰ ਦੇਖਦੇ ਹੋਏ ਸਾਰੇ ਕਿ ਅਮਨ ਸ਼ਾਂਤੀ ਨਾਲ ਦੀਵਾਲੀ ਮਨਾਉਣ, ਇਸ ਲਈ ਜਿਹੜਾ ਨਾਕੇਬੰਦੀ ਕੀਤੀ ਤਾਂ ਕਿ ਕੋਈ ਗਲਤ ਆਸ਼ਾ ਕੋਈ ਵਿਸ਼ਰਾਪ ਨਾ ਕਰੇ। ਕਿੰਨੇ ਕੁ ਚਲਾਨ ਕਰਤੇ ਸਰ? ਚਲਾਨ 10 ਕਰਤੇ ਜੀ, ਰੈਗੂਲਰ ਚਲਾਨ, ਜਿਹਨਾਂ ਦੇ ਵਿਦਆਊਟ ਨੰਬਰ ਦੇ ਜ਼ਿਆਦਾ ਚਲਾਨ ਕੀਤੇ ਜਾਂਦੇ ਆ। ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ? ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ, ਦੀਵਾਲੀ ਧੂਮਧਾਮ ਨਾਲ ਮਨਾਓ, ਵੀ ਕੋਈ ਵੀ ਗਲਤ ਤੁਹਾਨੂੰ ਖਬਰ ਮਿਲਦੀ ਹੈ ਸਾਨੂੰ ਨਾਲ ਦੱਸੀ ਜਾਵੇ ਤਾਂ ਕਿ ਦੀਵਾਲੀ ਠੀਕ ਢੰਗ ਨਾਲ ਮਨਾਈ ਜਾਵੇ। ਸਰ ਨੇੜੇ ਆ ਰਿਹਾ ਹੈਗਾ, ਪੁੱਛ ਲਓ ਨਾਕੇਬੰਦੀ ਕੀਤੀ ਗਈ ਹੈ, ਕੀ ਕਹਿਣਾ ਸਰ? ਸ਼ਹਿਰ ਵਾਸੀਆਂ ਨੂੰ ਦੇਖਦੇ ਹੋਏ ਸਾਰੇ ਕਿ ਅਮਨ ਸ਼ਾਂਤੀ ਨਾਲ ਦੀਵਾਲੀ ਮਨਾਉਣ, ਇਸ ਲਈ ਜਿਹੜਾ ਨਾਕੇਬੰਦੀ ਕੀਤੀ ਤਾਂ ਕਿ ਕੋਈ ਗਲਤ ਆਸ਼ਾ ਕੋਈ ਵਿਸ਼ਰਾਪ ਨਾ ਕਰੇ। ਕਿੰਨੇ ਕੁ ਚਲਾਨ ਕਰਤੇ ਸਰ? ਚਲਾਨ 10 ਕਰਤੇ ਜੀ, ਰੈਗੂਲਰ ਚਲਾਨ, ਜਿਹਨਾਂ ਦੇ ਵਿਦਆਊਟ ਨੰਬਰ ਦੇ ਜ਼ਿਆਦਾ ਚਲਾਨ ਕੀਤੇ ਜਾਂਦੇ ਆ। ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ? ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ, ਦੀਵਾਲੀ ਧੂਮਧਾਮ ਨਾਲ ਮਨਾਓ, ਵੀ ਕੋਈ ਵੀ ਗਲਤ ਤੁਹਾਨੂੰ ਖਬਰ ਮਿਲਦੀ ਹੈ ਸਾਨੂੰ ਨਾਲ ਦੱਸੀ ਜਾਵੇ ਤਾਂ ਕਿ ਦੀਵਾਲੀ ਠੀਕ ਢੰਗ ਨਾਲ ਮਨਾਈ ਜਾਵੇ। ਸਰ ਨੇੜੇ ਆ ਰਿਹਾ ਹੈਗਾ, ਪੁੱਛ ਲਓ ਨਾਕੇਬੰਦੀ ਕੀਤੀ ਗਈ ਹੈ, ਕੀ ਕਹਿਣਾ ਸਰ? ਸ਼ਹਿਰ ਵਾਸੀਆਂ ਨੂੰ ਦੇਖਦੇ ਹੋਏ ਸਾਰੇ ਕਿ ਅਮਨ ਸ਼ਾਂਤੀ ਨਾਲ ਦੀਵਾਲੀ ਮਨਾਉਣ, ਇਸ ਲਈ ਜਿਹੜਾ ਨਾਕੇਬੰਦੀ ਕੀਤੀ ਤਾਂ ਕਿ ਕੋਈ ਗਲਤ ਆਸ਼ਾ ਕੋਈ ਵਿਸ਼ਰਾਪ ਨਾ ਕਰੇ। ਕਿੰਨੇ ਕੁ ਚਲਾਨ ਕਰਤੇ ਸਰ? ਚਲਾਨ 10 ਕਰਤੇ ਜੀ, ਰੈਗੂਲਰ ਚਲਾਨ, ਜਿਹਨਾਂ ਦੇ ਵਿਦਆਊਟ ਨੰਬਰ ਦੇ ਜ਼ਿਆਦਾ ਚਲਾਨ ਕੀਤੇ ਜਾਂਦੇ ਆ। ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ? ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ, ਦੀਵਾਲੀ ਧੂਮਧਾਮ ਨਾਲ ਮਨਾਓ, ਵੀ ਕੋਈ ਵੀ ਗਲਤ ਤੁਹਾਨੂੰ ਖਬਰ ਮਿਲਦੀ ਹੈ ਸਾਨੂੰ ਨਾਲ ਦੱਸੀ ਜਾਵੇ ਤਾਂ ਕਿ ਦੀਵਾਲੀ ਠੀਕ ਢੰਗ ਨਾਲ ਮਨਾਈ ਜਾਵੇ। ਸਰ ਨੇੜੇ ਆ ਰਿਹਾ ਹੈਗਾ, ਪੁੱਛ ਲਓ ਨਾਕੇਬੰਦੀ ਕੀਤੀ ਗਈ ਹੈ, ਕੀ ਕਹਿਣਾ ਸਰ? ਸ਼ਹਿਰ ਵਾਸੀਆਂ ਨੂੰ ਦੇਖਦੇ ਹੋਏ ਸਾਰੇ ਕਿ ਅਮਨ ਸ਼ਾਂਤੀ ਨਾਲ ਦੀਵਾਲੀ ਮਨਾਉਣ, ਇਸ ਲਈ ਜਿਹੜਾ ਨਾਕੇਬੰਦੀ ਕੀਤੀ ਤਾਂ ਕਿ ਕੋਈ ਗਲਤ ਆਸ਼ਾ ਕੋਈ ਵਿਸ਼ਰਾਪ ਨਾ ਕਰੇ। ਕਿੰਨੇ ਕੁ ਚਲਾਨ ਕਰਤੇ ਸਰ? ਚਲਾਨ 10 ਕਰਤੇ ਜੀ, ਰੈਗੂਲਰ ਚਲਾਨ, ਜਿਹਨਾਂ ਦੇ ਵਿਦਆਊਟ ਨੰਬਰ ਦੇ ਜ਼ਿਆਦਾ ਚਲਾਨ ਕੀਤੇ ਜਾਂਦੇ ਆ। ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ? ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ, ਦੀਵਾਲੀ ਧੂਮਧਾਮ ਨਾਲ ਮਨਾਓ, ਵੀ ਕੋਈ ਵੀ ਗਲਤ ਤੁਹਾਨੂੰ ਖਬਰ ਮਿਲਦੀ ਹੈ ਸਾਨੂੰ ਨਾਲ ਦੱਸੀ ਜਾਵੇ ਤਾਂ ਕਿ ਦੀਵਾਲੀ ਠੀਕ ਢੰਗ ਨਾਲ ਮਨਾਈ ਜਾਵੇ।